ਸਭ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਦੋਸਤੋ ਗੱਲ ਕਰਨ ਜਾ ਰਹੇ ਬੱਬੂ ਮਾਨ ਦੀ ਤੁਹਾਨੂੰ ਦੱਸਦੇ ਨੇ ਦੋਸਤੋ ਲਾਈਵ ਸ਼ੋਅ ਦੇ ਵਿੱਚ ਬੱਬੂ ਮਾਨ ਉਹ ਇੱਕ ਬਿਆਨ ਦਿੱਤਾ ਗਿਆ ਹੈ ਤੁਹਾਨੂੰ ਮੈਂ ਦੱਸ ਦਿਆਂ ਉਹ ਬਿਆਨ ਕੀ ਹੈ ਉਹ ਬਿਆਨ ਦਿੱਤਾ ਗਿਆ ਪੰਜਾਬੀ 뮤직 ਇੰਡਸਟਰੀ ਬਾਰੇ 뮤직 ਇੰਡਸਟਰੀ ਬਾਰੇ ਤੇ ਸਾਰੇ ਸਟੇਡ ਸਿੰਗਰ ਹੈਗੇ ਨੇ ਉਹਨਾਂ ਬਾਰੇ ਤੁਹਾਨੂੰ ਦੱਸਦੇ ਨੇ ਦੋਸਤੋ ਬੱਬੂ ਮਾਨ ਉਹ ਇਹ ਕਹਿੰਿਆ ਕਿ ਜਿਹੜੇ ਸਿੰਗਰ ਹੈਗੇ ਨੇ ਉਹ ਰੱਬ ਨਹੀਂ ਹੁੰਦੇ ਇਹਦੇ ਉੱਪਰ ਤੁਹਾਨੂੰ ਦੱਸਦੇ ਨੇ ਦੋਸਤੋ ਉਹਨਾਂ ਨੇ ਕਿਹਾ ਕਿ ਜਿਹੜੇ ਸਿੰਗਰਾਂ ਨੂੰ ਤੁਸੀਂ ਰੱਬ ਨਹੀਂ ਬੈਠੇ ਹੋ ਉਹ ਬਿਲਕੁਲ ਗਲਤ ਗੱਲ ਹੈ ਉਹਨਾਂ ਨੂੰ ਰੱਬ ਨਾ ਬਣਾਓ ਉਹਨਾਂ ਨੂੰ ਸਿੰਗਰ ਹੀ ਰਹਿ ਸਮਾਜ ਦੇ ਲਈ ਉਹਨਾਂ ਨੂੰ ਤੁਸੀਂ ਰੱਬ ਨਾਲ ਉਹਨਾਂ ਨੂੰ ਅੱਗੇ ਲੈ ਕੇ ਆਓ ਉਹਨਾਂ ਨੂੰ ਸਪੋਰਟ ਕਰਿਆ ਕਰੋ ਤੁਹਾਨੂੰ ਦੱਸ ਦਿੰਦੇ ਨੇ ਦੋਸਤੋ ਕਿ ਅੱਜ ਕੱਲ ਦਾ ਟਾਈਮ ਹੈਗਾ ਉਹਦੇ ਵਿੱਚ ਸਿੰਗਰਾਂ ਨੂੰ ਰੱਬ ਹੀ ਮੰਨਿਆ ਜਾਂਦਾ ਤੇ ਉਹਨਾਂ ਪਿੱਛੇ ਲੜਾਈਆਂ ਵੀ ਲੜੀਆਂ ਜਾਂਦੀਆਂ ਨੇ ਸੋਸ਼ਲ ਮੀਡੀਆ ਦੇ ਉੱਪਰ ਤੁਸੀਂ ਕਈ ਐਮ ਦੀ ਵੀਡੀਓ ਦੇਖੀ ਹੋਣੀ ਹੈ ਕਈ ਕੌਂਟਰੋਵਰਸੀਆਂ ਦੇਖੀ ਹੋਣੀਆਂ ਜਾਂਦੇ ਵਿੱਚ ਫੈਨਸ ਆਪਸ ਦੇ ਵਿੱਚ ਲੜਦੇ ਦੇਖਦੇ ਨੇ ਉਸ ਦੇ ਉੱਪਰ ਹੀ ਬੱਬੂ ਮਾਨ ਨੇ ਤੰਜ ਕੱਸਿਆ ਤੇ ਉਹਨੇ ਇਹ ਕਿਹਾ ਕਿ ਸਿੰਗਰਾਂ ਨੂੰ ਜਿਹੜਾ ਤੁਸੀਂ ਰੱਬ ਬਣਾਉਂਦੇ ਉਹ ਬਿਲਕੁਲ ਗਲਤ ਹੈ ਜਿਹੜੇ ਇਸ ਚੀਜ਼ ਦੇ ਅਸਲੀ ਹੱਕਦਾਰ ਨੇ ਜਿਹੜੇ ਬੰਦੇ ਨੂੰ ਸਪੋਰਟ ਕਰਨੀ ਚਾਹੀਦੀ ਹੈ ਤੁਸੀਂ ਵੰਦੇ ਦੀ سپورਟ ਕਰਨੀ ਸਭ ਤੋਂ ਜ਼ਰੂਰੀ ਹੁੰਦੀ ਏ ਪੱਬੂ ਮਾਨ ਨੇ ਆਪਣੇ ਫੈਨਸ ਨੂੰ ਅਪੀਲ ਕੀਤੀ ਉਹ ਚੰਗੇ ਕੰਮ ਨੂੰ ਸਪੋਰਟ ਕਰਨ ਤੇ ਚੰਗਾ ਕੰਮ ਕਰਨ ਵਾਲੇ ਨੂੰ ਵੀ ਸਪੋਰਟ ਕਰਨ